ਇਹ ਜੀ ਜਨਾਬ ਏ ਸੀ ਲਾਉਂਦੇ ਨੇ ਪਏ ਅਤੇ ਇੱਥੇ ਸਾਊਦੀ ਅਰਬ ਵਿੱਚ ਏ ਸੀ ਫਰਿੱਜਾਂ ਦਾ ਕੰਮ ਗਰਮੀਆਂ 'ਚ ਵਾਹਵਾ ਹੁੰਦਾ ਹੈ ਅਤੇ ਸਰਦੀਆਂ ਜਨਾਬ ਇਹ ਬਹਿ ਕੇ ਗੁਜ਼ਾਰਦੇ ਨੇ ਅਤੇ ਜਿਨ੍ਹਾਂ ਦੀ ਦੁਕਾਨਾਂ ਹੁੰਦੀਆਂ ਉਹ ਤਾਂ ਅਗਲੇ 6 ਮਹੀਨਿਆਂ ਵਾਸਤੇ ਵੀ ਕਮਾ ਲੈਂਦੇ ਨੇ ਅਤੇ ਜਿਹੜੇ ਮਜ਼ਦੂਰ ਹੁੰਦੇ ਨੇ ਉਹ ਫਿਰ ਬਾਅਦ 6 ਮਹੀਨੇ ਬਹਿ ਕੇ ਗੁਜ਼ਾਰਦੇ ਨੇ। ਇੱਥੇ ਬੜੇ ਸਾਰੇ ਭਾਈ ਫੂਡ ਡਿਲੀਵਰੀ ਦਾ ਕੰਮ ਮੋਟਰਸਾਈਕਲ 'ਤੇ ਕਰਦੇ ਨੇ, ਪਿੱਛੇ ਬੈਗ ਪਏ ਆ ਅਤੇ ਅਗਲਾ ਮੋਟਰਸਾਈਕਲ ਨੂੰ ਰੈਡੀ ਵੀ ਕਰਦਾ, ਪਰਲੀ ਸਾਈਡ 'ਤੇ ਬੈਠੇ ਆ। ਇਸ ਏਰੀਏ 'ਚ ਬੜੇ ਬੜੇ ਪੁਰਾਣੇ ਘਰ ਨੇ ਅਤੇ ਇਹ ਪੁਰਾਣੇ ਤਰੀਕੇ ਨਾਲ ਲੈਟਰ ਬਾਕਸ ਲੱਗੇ ਆ, ਕੋਈ ਨਵੇਂ ਘਰਾਂ ਦੇ ਵਿੱਚ ਤਾਂ ਕਿਸੇ ਜਗ੍ਹਾ 'ਤੇ ਲੈਟਰ ਬਾਕਸ ਲੱਗੇ ਨੇ, ਕਿਸੇ ਜਗ੍ਹਾ 'ਤੇ ਉਹ ਵੀ ਨਹੀਂ ਲੱਗੇ। ਇਸ ਤਰ੍ਹਾਂ ਜਗ੍ਹਾ ਜਗ੍ਹਾ 'ਤੇ ਬੜਾ ਵੇਖਣ ਨੂੰ ਲੱਭਦਾ ਵੇ ਕਿ ਜਨਾਬ ਗੱਡੀਆਂ ਦੇ ਅਤੇ ਤਰਪਾਲਾਂ 'ਚ ਹੀ ਪਾ ਛੱਡਦੇ ਅਤੇ ਇਹ ਮੋਸਟਲੀ ਮੁਕਾਮੀ ਬੰਦੇ ਕਰਦੇ ਨੇ। ਸਾਡੇ ਬੰਦਿਆਂ ਛੁੱਟੀ ਜਾਣਾ ਹੋਵੇ ਤਾਂ ਗੱਡੀ ਕਿਸੇ ਦੀ ਸਪੁਰਦਾਰੀ ਕਰ ਜਾਂਦੇ ਨੇ। ਇਹ ਜੀ ਕਿਸੇ ਗੱਡੀ ਦੀ ਸਕਰੀਨ 'ਤੇ ਬੜਾ ਭਾੜਾ ਜਿਹਾ ਕੱਪੜਾ ਸੱਟਿਆ ਅਤੇ ਇੱਥੇ ਜਨਾਬ ਗਰਮੀ ਦੇ ਨਾਲ ਸਕਰੀਨਾਂ ਪਾੜ ਜਾਂਦੀਆਂ, ਔਰ ਇੱਥੇ ਇਸ ਤਰ੍ਹਾਂ ਦੇ ਬੜੇ ਹਾਦਸੇ ਹੋਏ ਨੇ ਕਿ ਜਨਾਬ ਗੱਡੀ ਦੇ ਵਿੱਚ ਲੈਟਰ ਪਏ ਆਵੇ, ਪਰਫਿਊਮ ਪਈ ਹੋਵੇ, ਕਾਗਜ਼ ਪੱਤਰ ਪਏ ਆਵੇ, ਕੋਈ ਉਸ ਤਰ੍ਹਾਂ ਦੀ ਕੋਈ ਸ਼ੈ ਪਈ ਹੋਵੇ ਜਿਹਨੂੰ ਅੱਗ ਛੇਤੀ ਪੈ ਸਕਦੀ ਹੈ। ਇਸ ਤਰ੍ਹਾਂ ਦੀ ਸ਼ੈ ਗੱਡੀ ਵਿੱਚ ਨਾ ਰਹਿਣ ਦਿਆ ਕਰੋ, ਸਪੈਸ਼ਲੀ ਡੈਸ਼ਬੋਰਡ ਦੇ ਸ਼ੀਸ਼ੇ ਦੇ ਸਾਹਮਣੇ ਨਾ ਰੱਖਿਆ ਕਰੋ। ਇਸ ਟਾਈਮ ਜਨਾਬ ਖਜੂਰਾਂ ਦਾ ਸੀਜ਼ਨ ਹੈ ਅਤੇ ਇਹ ਕੋਈ ਇੰਡੀਆ ਨੇ ਅਤੇ ਖਜੂਰਾਂ ਲਾਉਂਦਾ ਪਿਆ ਅਗਲਿਆਂ ਅਤੇ ਬੜੀਆਂ ਘੁੱਟ ਕੇ ਪੈਕ ਕੀਤੀਆਂ ਨੇ ਅਤੇ ਕਵਰ ਤੱਕ ਚਾੜੇ ਆ, ਲੇਕਿਨ ਹੋ ਸਕਦਾ ਪੁੱਛ ਕੇ ਲਾਉਂਦਾ ਬਈ ਆ ਉਹਨਾਂ ਦਾ ਆਪਣਾ ਬੰਦਾ ਹੋਵੇ, ਲੇਕਿਨ ਅਗਰ ਆਪਣਾ ਨਾਮ ਹੀ ਹੋਵੇ ਤੇ ਇੱਥੇ ਖਾਣ ਪੀਣ ਤੋਂ ਕੁਛ ਨਹੀਂ ਆਉਂਦਾ। ਇੱਥੇ ਬੜੀਆਂ ਤੰਗ ਤੰਗ ਗਲੀਆਂ ਨੇ, ਛੋਟੀ ਛੋਟੀਆਂ ਗਲੀਆਂ ਨੇ, ਬੜਾ ਪੁਰਾਣਾ ਏਰੀਆ ਤੇ ਇੱਧਰ ਅੱਗੇ ਜਨਾਬ ਇਹ ਪਾਰਕ ਤੇ ਬੜੀ ਪਿਆਰੀ ਬਣੀ ਹੈ ਇਸ ਏਰੀਆ ਦੇ ਵਿੱਚ। ਇੱਥੇ ਤਕਰੀਬਨ ਹਰ ਪਾਰਕ 'ਚ ਹੀ ਵਾਸ਼ਰੂਮ ਬਣੇ ਹੁੰਦੇ ਨੇ ਤੇ ਇਹ ਕੂਲਰ ਵੀ ਲੱਗਿਆ ਪਾਣੀ ਵਾਲਾ, ਤੇ ਇੱਧਰ ਜਨਾਬ ਪਲੇ ਗਰਾਊਂਡ ਹੈ ਬੱਚਿਆਂ ਵਾਸਤੇ ਖੇਡਣ ਖੁੱਡਣ ਵਾਸਤੇ ਫੁੱਟਬਾਲ, ਤੇ ਇੱਧਰ ਜਨਾਬ ਐਕਸਰਸਾਈਜ਼ ਵਾਲੀਆਂ ਮਸ਼ੀਨਾਂ ਲੱਗੀਆਂ ਤੇ ਇਹ ਸਾਰਾ ਸਾਰਾ ਫ੍ਰੀ। ਇੱਥੇ ਕੋਈ ਪਾਰਕ 'ਚ ਜੀ ਐਕਸਰਸਾਈਜ਼ ਵਾਸਤੇ ਕੋਈ ਟਿਕਟ ਨਹੀਂ ਹੈ ਜਿਹਦਾ ਮਦਦ ਕਰਦਾ ਜਾਏ। ਇਹ ਜੀ ਇੱਥੇ ਇਹ ਘਰ ਬਣਦਾ ਪਿਆ ਕੋਈ ਛੋਟਾ ਜਿਹਾ, ਤੇ ਇਹ ਜਨਾਬ ਇਹਨਾਂ ਦੀ ਵੇਖੋ ਰੇਤ ਕਿਸ ਤਰੀਕੇ ਦੀ ਇਸਤੇਮਾਲ ਕਰਦੇ ਨੇ, ਇਹ ਇਹਨਾਂ ਦੀ ਰੇਤ ਪਈ ਆ ਥੱਲੇ ਵਹਿੰਦੇ ਪਿਆ ਰੇਤ ਇਹਨਾਂ ਦੀ। ਅੱਛਾ ਬਾਈ, ਤੇ ਸਾਊਦੀ ਅਰਬ 'ਚ ਇਹ ਸ਼ਾਇਦ ਬੜੀ ਵੇਖੀ, ਇਲਾਕਾ ਭਾਵੇਂ ਨਵਾਂ ਹੋਵੇ ਤੇ ਭਾਵੇਂ ਬੜਾ ਪੁਰਾਣਾ ਹੋਵੇ, ਲੇਕਿਨ ਮਸਜਿਦਾਂ ਬੜੀਆਂ ਪਿਆਰੀਆਂ ਪਿਆਰੀਆਂ ਬਣੀਆਂ ਨੇ ਇੱਥੇ ਮਾਸ਼ਾਅੱਲਾ। ਅੱਜ ਕੱਲ੍ਹ ਇੱਥੇ ਸਾਊਦੀ ਅਰਬ 'ਚ ਨਵੇਂ ਨਵੇਂ ਬੜੇ ਪ੍ਰੋਜੈਕਟ ਸ਼ੁਰੂ ਹੋਏ ਨੇ, ਜਿੱਧਰ ਵੇਖੋ ਕੋਈ ਨਾ ਕੋਈ ਕੰਮ ਚਾਲੂ ਹੋਏ, ਜਨਾਬੇ ਲਈ ਵੀ ਪ੍ਰੋਜੈਕਟ ਕੋਈ ਲੱਗੇ ਆ ਤੇ ਇੱਥੇ ਜਗ੍ਹਾ ਜਗ੍ਹਾ ਤੇ ਲੱਗੇ ਨੇ। ਉਹਦੀ ਵਜ੍ਹਾ ਇਹ ਵੀ ਕਿ 2003 'ਚ ਐਕਸਪੋ ਇੱਥੇ ਆਉਂਦੀ ਹੈ ਬਈ, ਤੇ 2034 'ਚ ਫੀਫਾ ਵਰਲਡ ਕੱਪ। ਇਹ ਤੇ ਜਿਹੜੇ ਪ੍ਰੋਜੈਕਟ ਸ਼ੁਰੂ ਹੋਏ ਨੇ ਆਉਣ ਵਾਲੇ ਵਕਤਾਂ 'ਚ ਤੁਸੀਂ ਮਜ਼ੀਦ ਹੋਰ ਪ੍ਰੋਜੈਕਟ ਵੇਖੋ। ਅੱਛਾ ਬਈ, ਇਲਾਕਾ ਜਿੱਦਾਂ ਮਰਜ਼ੀ ਪੁਰਾਣਾ ਵੇ, ਇੱਥੇ ਵੀ ਇਹ ਬਲਦੀ ਹੋਵੇ ਬਲਦੀ ਵਾਲਾ ਨਜ਼ਰ ਆਉਂਦਾ ਪਿਆ। ਇੱਥੇ ਵੀ ਇਹ ਸਾਫ਼ ਸਫਾਈ ਕਰਨ ਵਾਸਤੇ 24 ਘੰਟੇ ਜਨਾਬ ਇਹ ਡਿਊਟੀਆਂ ਦਿੰਦੇ ਨੇ, ਫਿਰਦੇ ਟੁਰਦੇ ਰਹਿੰਦੇ ਨੇ। ਇਲਾਕਾ ਬੜਾ ਪੁਰਾਣਾ ਵੇ, ਅਸਲ ਦਮਾਮ ਇਸ ਤਰ੍ਹਾਂ ਹੈ, ਜਿਹੜਾ ਪੁਰਾਣਾ ਦਮਾਮ ਸੀ ਨਾ ਉਹ ਇਹ ਦਮਾਮ ਹੈ। ਇਹ ਤੰਗ ਗਲੀਆਂ, ਛੋਟੀ ਛੋਟੀਆਂ ਜਿੱਥੇ ਗੱਡੀਆਂ ਵੀ ਨਹੀਂ ਜਾ ਸਕਦੀਆਂ, ਕਈ ਗਲੀਆਂ ਇੱਥੇ ਉਹ ਵੀ ਵੇਖਣ ਨੂੰ ਲੱਭਦੀਆਂ ਨੇ। ਤੇ ਬਾਕੀ ਆ ਜਨਾਬ ਮਦੀਨਾ ਤੋਂ ਲਮਾਲ ਹੈ, ਮਦੀਨਾ ਤੋਂ ਲਮਾਲ ਹੀ ਸਾਰਾ ਸਾਰਾ ਏਰੀਆ ਆਉਂਦਾ ਪਿਆ। ਅਗਰ ਤੁਸੀਂ ਮਦੀਨਾ ਤੋਂ ਲਮਾਲ ਚਾਹੁੰਦੇ ਹੋ ਔਰ ਇੱਥੇ ਗਲੀਆਂ ਦੇ ਵਿੱਚ ਫਿਰਦੇ ਹੋ, ਤੁਹਾਨੂੰ ਪਤਾ ਚੱਲਦਾ ਹੈ ਕਿ ਜਨਾਬ ਪੁਰਾਣੇ ਸਟਾਈਲ ਦੇ ਮੁਤਾਬਕ ਪਹਿਲਾਂ ਕਿਸ ਤਰੀਕੇ ਨਾਲ ਸਾਊਦੀ ਅਰਬ ਹੁੰਦਾ ਸੀ ਤੇ ਹੁਣ ਕਿਸ ਤਰੀਕੇ ਨਾਲ ਆਉਂਦਾ ਹੈ। ਇੱਥੇ ਮੁਕਾਮੀ ਲੋਕਾਂ ਦੀਆਂ ਵੀ ਰਹਿਸ਼ਾਂ ਆਏ ਨੇ ਔਰ ਇੱਥੇ ਖਾਰਜੀ ਲੋਕ ਵੀ ਰਹਿੰਦੇ ਨੇ, ਯਾਨੀ ਕਿ ਇੱਥੇ ਮਿਕਸ ਅਪ ਹੈ। ਵੈਸੇ ਮੈਨੂੰ 13-14 ਸਾਲ ਹੋ ਗਏ ਨੇ ਇੱਥੇ ਸਾਊਦੀ ਅਰਬ ਰਹਿੰਦੇ ਹਾਂ, ਤੇ ਤਕਰੀਬਨ ਮੇਰਾ ਜ਼ਿਆਦਾ ਟਾਈਮ ਜਿਹੜਾ ਇੱਧਰ ਖੁਬਰ ਦਮਾਮ ਵਿੱਚ ਹੀ ਗੁਜ਼ਰਿਆ ਹੋਵੇ, ਤੇ ਮੈਂ ਵੇਖਿਆ ਹੋਵੇ ਕਿ ਜਨਾਬ ਖੁਬਰ ਦਮਾਮ ਵਿੱਚ ਲੋਕ ਜ਼ਿਆਦਾ ਐਜੂਕੇਟ ਲੱਗੇ ਨੇ ਬਨਿਸਬਤ ਦੂਜੇ ਸ਼ਹਿਰਾਂ ਨਾਲ, ਲੇਕਿਨ ਇੱਥੇ ਇਹ ਇੰਡਸਟਰੀ ਸਿਟੀ ਹੈ ਤੇ ਇੱਥੇ ਜ਼ਿਆਦਾਤਰ ਲੋਕ ਪੜ੍ਹੇ ਲਿਖੇ ਨੇ। ਬਹਰਹਾਲ ਜਨਾਬ ਇਹ ਸਾਰਾ ਸਾਰਾ ਤੁਹਾਨੂੰ ਮਦੀਨਾ ਤੋਂ ਲਮਾਲ ਦਾ ਰਿਵਿਊ ਕਰਵਾਉਂਦਾ ਹਾਂ ਪਿਆ ਦਮਾਮ। ਹੁਣ ਬਸ ਇੰਨੇ ਹੀ, ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਿਆ ਜੇ, ਦੁਆਵਾਂ 'ਚ ਆਪਣੇ ਭਰਾ ਨੂੰ ਯਾਦ ਰੱਖਿਆ ਜੇ। ਅੱਲਾਹ ਹਾਫਿਜ਼।